मैं तैयार भी होगी ते घर दे भी सारे काम निबड़ गए। अज तां मेरे भरा भरजाई ने आना, उन्होंने फोन करके कहने भी भतीजा भी नाल लैके आवे। नहीं मैं तो तरसी पई हाँ भरा भतीजे मिलने वास्ते, जदों आ गए अज तो उन्होंने मैं रखूंगी भी अज तो रात रह के जाओ, जदों आते भजू भजू करते घड़ी घंटे च मुड़ जाते हैं। अज नहीं मैं उन्होंने जान दी, कर दी हाँ फोन भी भतीजे नाल लैके आ। ਭਾਬੀ ਭੈਣ ਆਉਂਦੀ ਆ 12 ਵਜੇ ਵਾਲੀ ਵਾਸਤੇ, ਰੋਟੀ ਪਾਣੀ ਤਿਆਰ ਕਰਕੇ ਰੱਖੀ, ਫਿਰ ਨਾ ਮੈਨੂੰ ਕਹੀਂ ਵੀ ਪਹਿਲਾਂ ਦੱਸਿਆ ਨਹੀਂ। ਹਾਏ ਮੈਂ ਮਰ ਜਾ ਨਾ, ਹੁਣ ਉਹ ਕੀ ਲੈਣ ਆਉਂਦੀ ਹੈ? ਉਹਨੇ ਮਿਲ ਨਹੀਂ ਆਉਣਾ, ਉਹਦਾ ਘਰ ਆ ਮੈਂ ਘਰ ਤਾਂ ਹੈਗਾ, ਹਜੇ ਪ੍ਰਾਹੁਣੇ ਮਰੇ ਨੂੰ ਮਹੀਨਾ ਵੀ ਨਹੀਂ ਹੋਇਆ, ਘੱਟੋ ਘੱਟ 1.25 ਮਹੀਨਾ ਤਾਂ ਹੋ ਜਾਣ ਦਿੰਦੀ। ਚੱਕਦੀਆਂ ਮੂੰਹ ਕਦੇ ਨਾਨਕਿਆਂ ਨੂੰ ਕਦੇ ਪੇਕਿਆਂ ਨੂੰ, ਆ ਚੰਗਾ ਸਰਕਾਰ ਨੇ ਆਧਾਰ ਕਾਰਡ ਚਲਾਏ ਨੇਗੇ, ਜਦੋਂ ਜੀ ਕਰਦਾ ਚਲੋ ਜੀ। ਨਹੀਂ ਉਹਨੂੰ ਸ਼ਰਮ ਮੰਨੇ ਭੋਰਾ, ਹੁਣ ਦੱਸਦੀ ਬਾਹਾਂ ਅੱਕੜੀਆਂ ਸੀ, ਜੇ ਕੋਈ ਲੋੜ ਸੀ ਤੈਨੂੰ ਫੋਨ ਕਰ ਦਿੰਦੀ, ਤੇਰੇ ਭਾਈ ਨੂੰ ਕਰ ਦਿੰਦੀ, ਤੁਸੀਂ ਜਾ ਕੇ ਮਿਲੇ ਆਉਂਦੇ। ਆਪਦੇ ਘਰੇ ਆਊਗੀ, ਕੋਈ ਦੁੱਖ ਸੁੱਖ ਕਰੂਗੀ, ਫਿਰ ਕਿੱਡੀ ਗੱਲ ਤੂੰ ਉਹਨੂੰ ਵਾਰ ਵਾਰ ਨਿੰਦੀ ਜਾਂਦੀ ਆ। ਨਿੰਦਾ ਨਾ ਤਾਂ ਹੋਰ ਕੀ ਕਰਾਂ, ਲੋਕ ਕੀ ਕਹਿਣਗੇ, ਐ ਤਾਂ ਸ਼ਰਮ ਮੰਨੇ। ਆਉਂਦੀ ਨੂੰ ਰਾਹ ਤੇ ਬੱਸਾਂ ਤੇ 100 ਲੋਕ ਟੱਕਰੂ, ਕੀ ਕਹਿਣਗੇ, ਹਜੇ ਕੱਲ ਤਾਂ ਰੰਡੀ ਹੋਈ ਆ ਚੱਲ ਪੀ ਚੱਕ ਕੇ ਚਿੱਟੀ ਚੁੰਨੀ। ਉਹਦਾ ਘਰ ਆਏ ਅਸੀਂ ਉਹਦੇ ਭਰਾ ਆਂਗੇ, ਆਪਦੇ ਭਰਾਵਾਂ ਕੋਲ ਆਊ, ਉਹਦੇ ਪਿਓ ਦਾ ਘਰ ਆ, ਤੇਰੀ ਜਵਾਨ 7 ਹਾਲਾਂ ਵਾਂਗੂ ਚੱਲਦੀ ਆ। ਨਾ ਮੈਂ ਇਹ ਜਿਹਾ ਕੀ ਮਾੜਾ ਕਹਿਤਾ, ਮੈਂ ਐਂ ਕਹਿੰਨੀ ਆ ਵੀ ਪ੍ਰਾਹੁਣੇ ਮੁੱਕੇ ਨੂੰ ਹਜੇ ਟਾਈਮ ਤਾਂ ਪੈ ਲੈਣ ਦਿੰਦੀ, ਉਹਦੇ ਮੁੰਡੇ ਨੇ ਜਾ ਕੇ ਬਹਿ ਗਏ ਵਿਦੇਸ਼ਾਂ 'ਚ, ਨਾ ਉਹਨੂੰ ਨਾਲ ਲੈ ਜਾਣਾ, ਨਹੀਂ ਇਹ ਲੈ ਕੇ ਜਾ ਸਕਦੇ, ਇੱਥੇ ਆ ਜਾਣਾ, ਕਿੰਨੇ ਬੇਗੈਰਤ ਨੇ, ਆਪਦੇ ਮਰੇ ਪਿਓ ਤੇ ਵੀ ਨਹੀਂ ਪਹੁੰਚੇਗੇ। ਹਜੇ ਹੁਣ ਤਾਂ ਗਏ ਉਹ, ਜਾ ਕੇ ਸੈੱਟ ਹੋਣਗੇ, ਫੇਰ ਹੀ ਭੈਣ ਨੂੰ ਬੁਲਾਉਣਗੇ। ਮੇਰੀ ਭੈਣ ਕੋਲੇ ਕਿਹੜਾ ਕੁਛ ਹੈ ਨਹੀਂ, ਜ਼ਮੀਨ ਜਾਇਦਾਦ ਸਭ ਕੁਛ ਆ, ਹਜੇ ਉਹ ਸੈੱਟ ਹੋ ਕੇ ਫੇਰ ਹੀ ਆਉਣਗੇ। ਆਉਣ ਚਾਹੇ ਨਾ ਆਉਣ, ਇਹਨੂੰ ਤਾਂ ਬੁਲਾ ਲੈਣ, ਉਹਨਾਂ ਨੂੰ ਵੀ ਪਤਾ ਵੀ ਕੱਲੀ ਕਹਿ ਰਹੀ ਆ, ਕਦੇ ਚੱਕਦੀ ਆ ਚੁੰਨੀ ਪੇਕੀ, ਕਦੇ ਚੱਕਦੀ ਚੁੰਨੀ ਨਾਨਕੀ, ਕਦੇ ਕਿਤੇ ਕਿਤੇ ਕਿਤੇ। ਉਹਨੂੰ ਮਾੜੀ ਮੋਟੀ ਆਪ ਨੀ ਸ਼ਰਮ ਹੈਗੀ, ਘੱਟੋ ਘੱਟ ਛੱਡ ਗਈ ਸ਼ਰਮ ਮੰਨ ਲੈ, ਕੀ ਕਹਿਣਗੇ ਪੇਕੇ। ਤੂੰ ਨਾ ਟੇਕੀ, ਇੱਥੇ ਆਉਂਦੀ ਆ ਇੱਥੇ ਉਹਦਾ ਮਨ ਦੁਖੀ ਕਰ ਦੇਣੀ ਆ, ਉੱਥੇ ਤਾਂ ਉਹਦਾ ਮਨ ਦੁਖੀ ਹੈਗਾ ਹੀ ਹੈਗਾ। ਨਾ ਹੁਣ ਇੱਥੇ ਕੀ ਲੈਣ ਆਉਂਦੀ ਆ? ਤੂੰ ਉਹਨੂੰ ਭਾਬੀ ਕੀ ਦੇ ਦੇਂਗੀ, ਇੱਥੇ ਹੀ ਆਊਗੀ। ਤੂੰ ਮੇਰੀ ਗੱਲ ਸੁਣ, ਉਹਨੂੰ ਕਿਤੇ ਹੋਰ ਗੱਲ ਕਹਿ ਕੇ ਉਹਦਾ ਮਨ ਨਾ ਦੁਖੀ ਕਰਦੀ। ਕੀ ਹੋ ਗਿਆ ਸਤਨਾਮਾ, ਤੁਸੀਂ ਰੌਲਾ ਪਾਈ ਜਾਂਦੇ ਉੱਚੀ ਉੱਚੀ, ਮੈਨੂੰ ਵੀ ਪਤਾ ਲੱਗਿਆ ਕੀ ਗੱਲ ਹੋ ਗਈ। ਰੌਲਾ ਤਾਂ ਬਾਈ ਪਾਉਣੀ ਆ, ਭੈਣ ਨੇ ਆਉਣਾ ਸੀਗਾ, ਉਹਦੇ ਕਰਕੇ ਮੈਂ ਕਿਹਾ ਵੀ ਦਾਲ ਪਾਣੀ ਤਿਆਰ ਕਰਕੇ ਰੱਖੀ, ਰੋਟੀ ਵੀ ਜਦੋਂ ਉਹ ਆਊਗੀ ਫਿਰ ਇਹ ਮੈਨੂੰ ਬਾਅਦ 'ਚ ਕਹਿੰਦੇ ਦੱਸਦੀ ਨੀ। ਅੱਛਾ, ਇਹਨੂੰ ਹੁਣ ਮੈਂ ਪਹਿਲਾਂ ਦੱਸਤਾ, ਇਹ ਚਾਰੇ ਪੈਰ ਚੱਕ ਕੇ ਮੂਹਰੋਂ ਪੈ ਜਾਂਦੀ ਆ। ਸੰਭਾਲ ਕੇ ਗੱਲ ਕਰ ਮੇਰੇ ਨਾਲ। ਕੀ ਗੱਲ ਬਈ, ਜਦੋਂ ਉਹਦਾ ਘਰ ਆ ਉਹਨੇ ਇੱਥੇ ਹੀ ਆਉਣਾ ਗਾ, ਹੋਰ ਕਿੱਥੇ ਆਊਗੀ। ਇਹ ਉਹਦੇ ਪਿਓ ਦਾ ਘਰ ਆ, ਇੱਥੇ ਹੀ ਆਉਣਾ ਉਹਨੇ। ਨਾਲੇ ਸਤਨਾਮ ਉਹ ਕੱਲੀ ਆ, ਉਹਦਾ ਉੱਥੇ ਮਨ ਨਹੀਂ ਲੱਗਦਾ, ਉਹ ਚੱਲ 2 ਦਿਨ ਆਪਣੇ ਕੋਲੇ ਲਾ ਜੂਗੀ, ਉਹਦਾ ਮਨ ਬਦਲ ਜੂਗਾ ਇੰਨੇ ਨਾਲ। ਜਦੋਂ ਇਹਦਾ ਕੋਈ ਰਿਸ਼ਤੇਦਾਰ ਆਉਂਦਾ ਉਦੋਂ ਤਾਂ ਇਹ ਬੜੀਆਂ ਸਾਲਾਂ ਮਾਰਦੀ ਆ, ਜਦੋਂ ਸਾਡਾ ਕੋਈ ਆਉਂਦਾ ਉਦੋਂ ਇਹ ਮੱਚਦੀ ਆ। ਮੇਰੇ ਤਾਂ ਹਜੇ ਆਏ ਵੀ ਨਹੀਂ, ਤੁਸੀਂ ਪਹਿਲਾਂ ਸੁਣਾਤਾ, ਤੇ ਤੁਹਾਡੀ ਚੁੰਨੀ ਚੱਕ ਕੇ ਤੁਰੀ ਵੀ ਆਉਂਦੀ ਆ। ਉਹ ਐ ਤਾਂ ਸ਼ਰਮ ਮੰਨੇ, ਹਜੇ ਪ੍ਰਾਹੁਣਾ ਮਰੇ ਨੂੰ 4 ਦਿਨ ਨਹੀਂ ਹੋਏ, ਕੀ ਲੋਕ ਕਹਿਣਗੇ, ਕੋਈ ਭੈਣ ਭਾਈ ਕੋਈ ਰਿਸ਼ਤੇਦਾਰ ਘਰੇ ਬੈਠਣ ਆਇਆ ਤੇ ਮੂਹਰੇ ਜਿੰਦਰਾ ਲੱਗਿਆ ਪਿਆ ਹੋਊਗਾ। ਰਹੂ ਤਾਂ ਉਹ ਸਾਡੀ ਹੋਈ, ਤੇਰੀ ਨਹੀਂ ਬਣਦੀ, ਜਿਹੜੇ ਹਿਸਾਬ ਨਾਲ ਤੂੰ ਉਹਦੇ ਨਾਲ ਰਿਸ਼ਤੇਦਾਰੀਆਂ ਤੋੜ ਤੋੜ ਗੱਲਾਂ ਕਰਦੀਆਂ। ਤੁਸੀਂ ਨਾ ਆਪਦਾ ਸੋਚਦੇ ਹੋ, ਭੈਣ ਭੈਣ ਕਰੀ ਜਾਂਦੇ, ਲੋਕਾਂ ਦਾ ਵੀ ਸੋਚੋ। ਨਹੀਂ ਤੂੰ ਦੱਸ ਫਿਰ, ਉਹ ਜਾਊ ਕਿੱਥੇ, ਹੋਰ ਕਿਹਦੇ ਜਾਵੇ, ਤੂੰ ਐਂ ਵੀ ਦੱਸ ਦੇ। ਮੈਨੂੰ ਨਹੀਂ ਪਤਾ ਬਾਈ, ਮਾੜਾ ਮੋਟਾ ਨੂੰ ਸਮਝਾ ਲੈ ਯਾਰ, ਇਹਦੀ ਜਵਾਨ ਤੇ ਲਗਾਮ ਦੇ ਦੇ, ਛੱਤਰ ਜਿੱਡੀ ਜਵਾਨ ਇਹਦੀ ਚੱਲਦੀ ਆ। ਚੱਲ ਕੋਈ ਨਾ, ਖਤਰਾ ਕੋਈ ਗੱਲ ਕਹਿਣਾ ਮੈਂ। ਬਾਈ ਭੈਣ ਪਹਿਲਾਂ ਘਰੋਂ ਦੁਖੀ ਆ, ਉਹਦੇ ਜਵਾਕ ਬਾਹਰ ਨੇ, ਕੱਲੀ ਆ ਉੱਥੇ, ਪ੍ਰਾਹੁਣਾ ਮਰਨ ਤੋਂ ਬਾਅਦ ਆਪਣੇ ਕੋਲੇ ਆ ਕੇ ਦੁੱਖ ਸੁੱਖ ਕਰ ਜਾਂਦੀ ਆ ਉਹ। ਇਹਨੂੰ ਮਾੜਾ ਮੋਟਾ ਸਮਝਾ ਲਾ ਵੀ ਹਿਸਾਬ ਨਾਲ ਬੋਲੀ ਨਾ ਰਿਸ਼ਤੇਦਾਰਾਂ ਨੂੰ। ਕੋਈ ਗੱਲ ਨੀ ਖਤਰਾ, ਮੈਂ ਸਮਝਾਉਣਾ ਇਹਨੂੰ, ਇਹਨੂੰ ਹੌਲੀ ਹੌਲੀ ਸਮਝ ਪੈਂਦਾ। ਤੂੰ ਸਮਝਾ ਲਈ, ਮੈਂ ਕੰਮ ਤੇ ਚੱਲਿਆ, ਅੱਧੇ ਦਿਨ ਦੀ ਹੋ ਸਕਿਆ ਮੈਨੂੰ ਛੁੱਟੀ ਮਿਲ ਗਈ ਤਾਂ ਮੈਂ ਆ ਜਾਊਂਗਾ। ਠੀਕ ਆ, ਕੋਈ ਗੱਲ ਨਹੀਂ, ਤੂੰ ਕੰਮ ਤੇ ਜਾ, ਮੈਂ ਸਮਝਾਉਣਾ ਇਹਨੂੰ। ਕੁਲਦੀਪ ਮੇਰੀ ਗੱਲ ਸੁਣ ਇੱਕ ਧਿਆਨ ਨਾਲ। ਮੈਨੂੰ ਪਤਾ ਤੈਂ ਕੀ ਕਹਿਣਾ, ਤੇਰੀ ਭੈਣ ਦੀ ਵਕਾਲਤ ਕਰਨ ਆਇਆ ਹੋਵੇਗਾ, ਠੀਕ ਹੈ ਨਾ, ਮੈਂ ਇੰਨੀ ਕਮਲੀ ਨਹੀਂ ਹੈਗੀ ਵੀ ਉਹਨੂੰ ਆਈ ਨੂੰ ਬੋਲੂੰਗੀ। ਆਵੇ ਆਪਦਾ ਚਾਹ ਪਾਣੀ ਪੀਵੇ, ਗੱਲਾਂ ਬਾਤਾਂ ਕਰੇ ਤੇ ਆਪਦਾ ਜਾਵੇ। ਉਹ ਮੇਰੀ ਵੀ ਸੁਣ ਲਾ, ਮੈਂ ਤੈਨੂੰ ਸਮਝਾਉਣਾ ਆ, ਪਰ ਤੂੰ ਪਿਆਰ ਨਾਲ ਸਮਝਣ ਵਾਲੀ ਹੈ ਨੀ। ਤੈਨੂੰ ਇੱਕ ਗੱਲ ਯਾਦ ਕਰਾਵਾਂ, ਜਦੋਂ ਭੈਣ ਨੇ ਆਪਣੇ ਨਾਂ ਜ਼ਮੀਨ ਨਹੀਂ ਸੀ ਕਰਵਾਈ, ਉਦੋਂ ਪਹਿਲਾਂ ਜਦੋਂ ਆਉਂਦੀ ਹੁੰਦੀ ਸੀ ਤੂੰ ਉਹਦੇ ਪੈਰ ਧੋ ਧੋ ਪੀਂਦੀ ਸੀ, ਹੈਂ, ਚਾਹੇ ਉਹ 1-2 ਦਿਨ ਰਹਿੰਦੀ, 4 ਦਿਨ ਰਹਿੰਦੀ,
तू पूरी उहदी सेवा करदी सी, पर जदों दा बापू मुक गया नाले भैण ने अपने नाल जमीन करवाती, तेरे तां उहदे रंग ढंग ही बदल गए। की माड़ा करता मैं उहदा इहजा? तू उहदा जदों दा अपना परौणा मरिया उदू बाद एक दो बारी जाके उहदा पासा तां की थलना सी, सौंका दी उहदा आई दा इत्थे वी तू गुस्सा करदी आ वी उह क्यों आ गई इत्थे। ਜਿਹੜੀ ਗੱਲ ਤਾਂ ਮੈਂ ਸਮਝਾਉਣੀ ਆ ਉਹ ਤੁਹਾਡੇ ਪੱਲੇ ਨਹੀਂ ਪੈਂਦੀ। ਆ ਮੈਨੇ ਦੇ ਇਹਨੂੰ ਤੂੰ ਬਥੇਰਾ ਤਕੜਾ ਹੋ ਗਿਆ। ਮੈਂ ਇਹ ਕਹਿੰਦੀ ਹਾਂ ਵੀ ਹਜੇ ਉਹਦੇ ਘਰੇ ਭੈਣ ਭਾਈ ਆਉਂਦਾ ਹੋ, ਕੋਈ ਰਿਸ਼ਤੇਦਾਰ ਆਉਂਦਾ ਹੋ, ਆਪਦੇ ਘਰੇ ਟਿੱਕੇ ਬੈਠੇ। ਤੈਨੂੰ ਤਾਂ ਐਂ ਆ ਵੀ ਉਹਦੇ ਮਗਰ ਮੂਹਰੇ ਹੈ ਨਹੀਂ ਕੋਈ, ਉਹਦਾ ਵੀ ਸਭ ਕੁਛ ਆ, ਜ਼ਮੀਨ ਆ, ਉਹਦੇ ਘਰ ਬਾਰ ਆ, ਬਾਲ ਬੱਚੇ ਨੇ, ਸਭ ਕੁਛ ਆ। ਕੋਈ ਗੱਲ ਨਹੀਂ, ਕੱਲ੍ਹ ਨੂੰ ਬੱਚੇ ਬਾਹਰੋਂ ਆ ਜਾਣਗੇ, ਸਾਰਾ ਕੰਮ ਸੈੱਟ ਹੋਜੂ। ਹੁਣ ਉਹ ਇਕੱਲੀ ਆਪਣੇ ਕੋਲੇ ਤਾਂ ਆ ਜਾਂਦੀ ਆ, ਜ਼ਮੀਨ ਕਾਹਦੀ ਉਹਨੇ ਤੇਰੇ ਨਾਂ ਕਰਵਾਤੀ, ਉਹਦੇ ਦਾ ਤੈਨੂੰ ਤਾਂ ਉਹੀ ਹੋ ਗਿਆ ਨਾ। ਉਹ ਇਕੱਲੀ ਨਾਮ ਕਰਾ ਕੇ ਗਈ ਆ, ਸਾਰੀਆਂ ਧੀਆਂ ਭੈਣਾਂ ਕਰਾਉਂਦੀਆਂ ਨੇ ਆਪਦੇ ਭਾਈਆਂ ਦੇ ਨਾਮ, ਮੈਂ ਕਿਹੜਾ ਕਰਾਉਂਗੀ ਨਹੀਂ ਆਪਦੇ ਭਾਈ ਦੇ ਨਾਮ। ਨਾ ਜਿਵੇਂ ਤੈਨੂੰ ਤੇਰੇ ਪੇਕੇ ਨਾਲ ਪਿਆਰ ਆ ਉਹਨੂੰ ਵੀ ਆਪਦੇ ਪੇਕੇ ਨਾਲ ਪਿਆਰ ਆ, ਜੇ ਉਹ ਇੱਥੇ ਆ ਜਾਂਦੀ ਆ ਤੂੰ ਸੜੀ ਬੁਝੀ ਰਹਿਣੀ ਆ। ਪਤਾ ਨਹੀਂ ਉਹ ਇੱਕ ਦਿਨ ਰਹੂਗੀ ਜਾਂ ਨਾ ਰਹੂਗੀ, ਤੇਰਾ ਇਹੀ ਕਲੇਸ਼। ਮੈਂ ਤਾਂ ਨਹੀਂ ਸਮਝਦੀ ਵੀ ਪਤਾ ਨਹੀਂ ਕਿਵੇਂ ਤੀਵੀਆਂ ਚੱਕ ਕੇ ਬੈਗ ਤੀਜੇ ਦਿਨ ਤੁਰ ਪੈਂਦੀਆਂ ਨੇ, ਕਲਦੀਪ ਪਾਣੀ ਲੈ ਕੇ ਆ। ਹੋਰ ਬਾਈ ਠੀਕ ਆ ਵੀਰੇ? ਤੁਸੀਂ ਦੱਸ ਦਿੰਦੇ ਮੈਂ ਲਿਆਉਂਦਾ ਅੱਡੇ ਤੋਂ ਤੁਹਾਨੂੰ। ਓਹੋ ਅੱਡੇ ਤੋਂ ਕਿਹੜਾ ਵੀਰੇ, ਮੈਂ ਬੜੀਆਂ ਬੱਸਾਂ ਬਦਲਣੀਆਂ ਸੀ, ਇੱਕ ਤਾਂ ਬੱਸ ਬਦਲਣੀ ਹੁੰਦੀ ਆ, ਮੈਂ ਬਸ ਪਹਿਲਾਂ ਡਿੱਕੀ ਗਈ ਬੱਸ ਨੂੰ, ਬੱਸ ਨਾਲ ਫਿਰ ਚੜ ਕੇ ਆ ਗਈ ਮੈਂ। ਤੇ ਮੈਂ ਲਿਆਉਂਦਾ ਉੱਥੇ ਜਾ ਕੇ ਮੋਟਰਸਾਈਕਲ ਦੇ 2 ਮਿੰਟਾਂ 'ਚ ਤੁਹਾਨੂੰ, ਐਡੀ ਦੂਰੋਂ ਤੁਰ ਕੇ ਆਈ ਆ। ਕੀ ਹੁੰਦਾ ਵੀਰੇ, ਮੈਂ ਤਾਂ ਤੁਰੀ ਆਈ, ਚੱਲ ਮੈਂ ਕਿਹਾ ਚੱਲ ਹੌਲੀ ਹੌਲੀ ਤੁਰੀ ਜਾਂਦੀ ਹੈਗੀ। ਔਰ ਸਤਨਾਮ ਨਹੀਂ ਦਿੰਦਾ, ਕਿੱਧਰ ਗਿਆ? ਸਤਨਾਮ ਬਾਈ ਗਿਆ ਹੋਇਆ ਕੰਮ ਤੇ। ਅੱਛਾ। ਹਾਂ ਕਹਿੰਦਾ ਸੀ ਅੱਜ ਅੱਧੇ ਦਿਨ ਨੂੰ ਆਊਗਾ, ਦੇਖੋ ਬਿੰਦ ਝੱਟ ਨੂੰ ਆਉਣ ਵਾਲੇ ਹੋਊਗਾ। ਅੱਛਾ ਅੱਛਾ ਠੀਕ ਆ। ਹੋਰ ਕੰਮ ਵਧੀਆ ਚੱਲੀ ਜਾਂਦਾ ਬਾਈ? ਹਾਂ ਬਾਈ ਕੰਮ ਕਾਰ ਵਧੀਆ ਚੱਲੀ ਜਾਂਦਾ ਉਹਦਾ। ਚਲੋ ਆਪਣਾ ਵੀ ਘਰੇ ਵਧੀਆ ਸਾਰਾ, ਚਲੋ ਵਧੀਆ ਸਾਰਾ ਕੁਛ ਮਿਲਾ ਕੇ। ਚਲ ਵਧੀਆ, ਚੰਗੀ ਗੱਲ ਆ ਗਈ ਵੀਰੇ। ਰੱਬ ਨੇ ਨਾ ਮੌਸਮ ਬਾਹਲਾ ਖਰਾਬ ਕਰ ਰੱਖਿਆ ਗਾ। ਪਹਿਲਾਂ ਤਾਂ ਮੈਨੂੰ ਆਏ ਸੀ ਮਹਾਂ ਚੱਲ ਮੈਂ ਵੀ 2 ਦਿਨ ਠਹਿਰ ਕੇ ਜਾਊਂ, ਫਿਰ ਮੈਂ ਕਿਹਾ ਚੱਲ ਅੱਜ ਹੀ ਚੱਲ ਮਨ। ਹਾਂ ਸਤਨਾਮ ਤਾਂ ਦੱਸਦਾ ਸੀ, ਤੂੰ ਸਤਨਾਮ ਨੂੰ ਫੋਨ ਕੀਤਾ ਹੋਊ? ਫੋਨ ਲਾਇਆ ਸੀ ਮੈਂ ਸਤਨਾਮ ਨੂੰ, ਫਿਰ ਮੇਰੇ ਤੁਹਾਨੂੰ ਦੱਸੀ ਤੇ ਜਾਂਦੀ ਆ ਵੀ ਤੇਰੇ ਭਾਣਜਾ ਕਹਿੰਦਾ, ਕਹਿੰਦਾ ਮੰਮੀ ਦੇਖ ਲੈ ਤੂੰ ਜੇ ਜਾਣਾ ਵਗ ਜਾਣੀ ਤੇਰੀ ਮਰਜ਼ੀ ਆ, ਫਿਰ ਮੈਂ ਸਤਨਾਮ ਨੂੰ ਆ ਕੇ ਫੋਨ ਹੀ ਕਰਤਾ। ਅੱਛਾ ਚੱਲ ਵਧੀਆ ਕੀਤਾ ਹੁੰਦਾ ਤੂੰ ਭੈਣੇ ਆ ਕੇ ਮਿਲ ਗਈ। ਚੱਲ ਹੁਣ 2-4 ਦਿਨ ਰਹਿ ਪਈ ਇੱਥੇ, ਹਨਾ, ਨਾਲੇ ਸਾਡਾ ਜੀ ਲੱਗਿਆ ਰਹੂ। ਕੋਈ ਨਾ। ਹਾਂ ਆਈ ਤਾਂ ਮੈਂ ਰਹਿਣੀ ਸੀ ਵੀਰੇ। ਅੱਛਾ ਤੇ ਭਾਬੀ ਕੀ ਗੱਲਾਂ ਜੀਆਂ ਕਰੀ ਜਾਂਦੀ ਸੀ, ਮੈਂ ਸੁਣ ਲਈਆਂ ਸੀ ਗੱਲਾਂ ਜੀਆਂ। ਚੱਲ ਕੋਈ ਨਾ, ਉਹਦਾ ਤਾਂ ਤੈਨੂੰ ਪਤਾ ਹੀ ਆ ਜਿਹੇ ਜਿਹਾ ਸੁਭਾਅ ਹੈਗਾ, ਕੋਈ ਨਾ। ਚੱਲ ਕੁਲਦੀਪ ਪਾਣੀ ਲੈ ਕੇ ਆਈ ਨੀ? ਕੋਈ ਨਾ ਵੀਰੇ ਆ ਜਾਂਦੀ ਆ, ਮੈਂ ਦੇਖਦਾ। ਚੱਲ ਨਹੀਂ ਮੈਂ ਲਿਆਉਣਾ। ਲੈ 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 ਆਈ ਪਾਣੀ ਮੈਂ, ਕਿਹੜਾ ਭੈਣ ਕੋਈ ਜੇਠ ਹਾੜਦੀਆਂ ਗਰਮੀਆਂ ਚ ਆਈ ਵੀ ਇਹਦਾ ਤਾਲੂਏ ਨਾਲ ਜੀਭ ਲੱਗ ਗਈ, ਠੰਡ ਤਾਂ ਹੈਗੀ ਆ। ਚੱਲ ਐਡੀ ਤਾਂ ਪਾਣੀ ਦੀ ਲੋੜ ਵੀ ਨਹੀਂ ਸੀ ਹੈਗੀ, ਭਾਬੀ ਤੂੰ ਸਹੀ ਹੋਈ ਕਹਿੰਦੀ ਆ ਵੀਰੇ, ਕਿਹੜਾ ਗਰਮੀ ਆ, ਠੰਡ ਤਾਂ ਹੈਗੀ ਆ ਹੁਣ। ਚੱਲ ਜੇ ਠੰਡ ਹੈ ਗਰਮ ਗਰਮ ਚਾਹ ਲਿਆ ਭੈਣ ਵਾਸਤੇ, ਐਡੀ ਦੂਰੋਂ ਆਈ ਆ ਵਿਚਾਰੀ, ਸਵੇਰ ਦੀ ਚੱਲੀ ਆ, ਭੁੱਖਣ ਪਾਣੀ ਹੋ ਗਈ। ਹਾਂ ਹਾਂ ਤੁਸੀਂ ਭੈਣ ਭਾਈ ਮਾਰੋ ਗੱਲਾਂ ਬੈਠ ਕੇ, ਮੈਂ ਹੈਗੀ ਆ ਨਾ ਚਾਹ ਬਣਾਉਣ ਨੂੰ। ਵੀਰੇ ਭਾਬੀਆਂ ਕਾਹਤੋਂ ਬੋਲਦੀ ਫਿਰਦੀ ਰਹਿੰਦੀ ਆ? ਇਹਦੇ ਨਾ ਹੁਣ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ, ਦਿਨੋਂ ਦਿਨ ਇਹਦਾ ਸੁਭਾਅ ਇਹੋ ਜਿਹਾ ਹੁੰਦਾ ਜਾਂਦਾ, ਇਹ ਮੈਨੂੰ ਕਰਨੀ ਪਊ ਠੀਕ। ਚੱਲ ਕੋਈ ਨਾ ਵੀਰੇ, ਤੁਸੀਂ ਨਾ ਆਪਦੇ ਘਰ ਵਿੱਚ ਫਰਕ ਪਾਓ, ਹਨਾ। ਚੱਲ ਛੱਡ ਭੈਣੇ ਇਹ ਗੱਲਾਂ ਤਾਂ, ਤੂੰ ਐਂ ਦੱਸ ਮੇਰੇ ਭਾਣਜਿਆਂ ਦਾ ਫੋਨ ਆ ਜਾਂਦਾ ਹੁੰਦਾ? ਹਾਂ ਆ ਜਾਂਦਾ ਵੀਰੇ, ਉਹ ਤਾਂ ਜੇ ਇੱਕ ਦਿਨ ਨਾ ਲਾਉਣਾ ਤਾਂ ਕਹਿੰਦੇ ਸਾਨੂੰ ਟੇਕ ਨਹੀਂ ਆਉਂਦੀ, ਨਾਲੇ ਹੋਰ ਦੇਖ ਤੇਰੇ ਭਾਣਜੇ ਨੇ ਵੱਡੇ ਨੇ ਤਾਂ ਗੱਡੀ ਲੈ ਲਈ। ਅੱਛਾ। ਹਾਂ ਛੋਟਾ ਕਿਰਾਏ ਤੇ ਘਰ ਲੈ ਕੇ ਬਹਿ ਗਿਆ, ਕਹਿੰਦਾ ਕਿ ਮੈਂ ਵਿੱਚ ਹੋਰ ਬਿਠਾ ਰੱਖੇ ਨੇ ਨਾਲ ਆਪਦੇ ਮੁੰਡੇ। ਹਾਂ ਤੇ ਵਧੀਆ ਸੋਹਣਾ ਕਾਰੋਬਾਰ ਚੱਲ ਪਿਆ ਵੀਰੇ ਉਹਨਾਂ ਦਾ ਤਾਂ। ਹਾਂ ਚੱਲ ਵਧੀਆ ਸੈੱਟ ਨੇ ਹੁਣ। ਹਾਂ ਹਾਂ ਵੀਰੇ ਵਧੀਆ ਨੇਗੇ, ਸਾਨੂੰ ਵੀ ਫਿਕਰ ਨਿਬੜ ਜਾਂਦਾ, ਸਾਨੂੰ ਉਹਨਾਂ ਦਾ ਤੇ ਤੇਰਾ ਬਾਲਾ ਫਿਕਰ ਰਹਿੰਦਾ। ਨਾ ਨਾ ਹੁਣ ਤਾਂ ਸੈੱਟ ਹੋ ਗਏ ਵੀਰੇ, ਪਹਿਲਾਂ ਨਾ ਕਾਫੀ ਟਾਈਮ ਕੰਮ ਹੀ ਨਹੀਂ ਚੱਲਿਆ ਹੈਗਾ, ਉਹਨਾਂ ਕਰਕੇ ਉਹ ਨਾ ਬਾਲੇ ਔਖੇ ਜੇ ਹੋਏ ਰਹੇ ਨੇ, ਤਾਂ ਕਰਕੇ ਫਿਰ ਮੈਨੂੰ ਪੈਸਾ ਟੁਕੜਾ ਇੱਥੋਂ ਭੇਜਣਾ ਪੈ ਗਿਆ ਉਹਨਾਂ ਨੂੰ। ਆਹੋ ਕੇਰਾਂ ਤਾਂ ਫਿਰ ਨਵੇਂ ਬੰਦੇ ਨੂੰ ਔਖਾ ਹੋ ਜਾਂਦਾ ਪੈਰ ਲਾਉਣੇ। ਹਾਂ ਨਾ ਨਾ ਹੁਣ ਤਾਂ ਬਹੁਤ ਸੋਹਣਾ ਕੰਮ ਚੱਲ ਪਿਆ ਵੀਰੇ। ਚਲੋ ਵਧੀਆ, ਪਰਮਾਤਮਾ ਦਾ ਸ਼ੁਕਰ ਆ ਵਿਚਾਰੇ ਵਧੀਆ ਆਪਦੀ ਰੋਟੀ ਸਿਰ ਹੋ ਗਏ। ਹਾਂ ਬਸ ਉਹੀ ਗੱਲ, ਤੇਰੇ ਭਣੋਈਆਂ ਨੇ ਨਹੀਂ ਸੀ ਦੇਖਣਾ ਸਭ ਕੁਝ, ਵਧੀਆ ਹੋ ਗਿਆ ਹੁਣ ਤਾਂ। ਚਲ ਕੋਈ ਨਾ ਭੈਣੇ, ਤੇਰੀ ਜ਼ਿੰਦਗੀ ਤਾਂ ਸੁਖਾ ਜੂ ਮਗਰ ਲਈ ਜ਼ਿੰਦਗੀ 'ਚ। ਲੈ ਕੁਲਦੀਪ ਨੇ ਬਾਹਲੀ ਟਾਈਮ ਲਾਤਾ ਚਾਹ ਨੂੰ, ਮੈਂ ਦੇਖਦਾ। ਨਹੀਂ ਵੀਰੇ ਤੂੰ ਬੈਠ, ਮੈਂ ਤਾਂ ਮੈਂ ਦੋ ਭਾਬੀ ਨਾਲ ਗੱਲਾਂ ਕਰ ਲਓ, ਨਾਲੇ ਮੈਂ ਚਾਹ ਲਿਆਉਂਗੀ। ਚਲ ਠੀਕ। ਚੱਕ ਲੈ ਭਾਬੀ ਫੋਨ ਆ।
हेलो भाभी, तुसी हजे तक आए हो ही नहीं गे। मैं तो सानू डीकी जानी हाँ सवेर दी। देख मैं तो दाल रोटी सब कुछ बनाई बैठी हाँ, मैं तो मिठा भी मंगवाई बैठी हाँ चाह नाल, तुसी तो नहीं आए। तो वो साड़ी कलैनी आ गई नी। उही भाभी कुड़ी इन्हां दी भैन और कलैनी हुई हाँ। मैनू दद लग गई फिर आके। हजे देख ला भाभी तैनू मैं दसा, प्रौहणे मुक्के नूं हजे महीना सवा महीना भी नहीं होया, मैं चक्की चुनी इत्थे आ गई। पता नहीं उहदियां की बाहां आकड़ियां होईयां सीगियां। मैं आए नहीं सोचा भी घरे कोई भैन भाई आ जांदा, कोई रिश्तेदार आ जांदा, जिंदा ला के घरे आउंदी सोहणी लगदी आ उह। भाभी मैनू नहीं चंगा लग्या। मैं बैग भर के लियाई आ, रहूगी हुण तां मैनू लगदा उह इत्थे। किथे तां हुण भाभी उहने पक्कियां पकाईयां चक के खाणियां, किथे हुण उह कल्ली पका के खांदी। किन्ना सौखा हो गया, ठंड दे दिन ने सब ही भजदे ने। हाँ होर हुण मैनू तां रोडी लग गई, प्रौहणा काहदा मर गया, इही मर जांदी। चल तुसीं आ जाओ भाभी, मैं तां डीक ही जांदी हां सोनू। चंगा चाह तो बन गई, बड़ा फाहा उहदा। की हो गया भाने तू रोई जानी हां? कुलदीप ने कुछ कहता? मैनू दस, मैं करा उनू। नहीं मेरे भाभी ने मैनू कानू कुछ कहा तो चाह लेके आ गया। मैं तो ना बापू जी ने बेबे के सामने फोटो देख के मन औखा हो गया। तू एवी ना मन हौला करया कर, जे बाबू बेबे नहीं है, असी तेरे भरा तो है ना, असी भैने तेरे नाल खड़े हाँ, तू साडे होंदे कोई फिक्र नहीं करना। हाँ हाँ तेरे भाई तेरे नाल ने, तैनू काहदा फिक्र। हुण तां मैनू लगदा दो चार दिन रहेंगी, वड्डे वड्डे बैग भर के लियाई आ। हाँ आई तो भाभी मैं रहन कतरी सी, चल चार दिन लाए, पर हुण मैं रहिंदी नहीं हैगी। ना ना कोई गल नहीं, दो चार दिन रह के जा भाई, तेरा घर आ भैने। ना भीरे हुण नहीं मैं रहिंदी हैगी, तो मेरा ना बेबे बापू करके मन वाला औखा हो गया। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਵੀਰੇ, ਹੋਰ ਠੀਕ ਆ? ਹਾਂ ਭੈਣੇ ਵਧੀਆ। ਹਾਂ ਠੀਕ ਆ ਵੀਰੇ। ਕਦੋਂ ਗਏ ਸੀ? ਮੈਨੂੰ ਬਾਵਾ ਟਾਈਮ ਹੋ ਗਿਆ ਵੀਰੇ ਆਈ ਨੂੰ, ਬਾਲੀ ਲੇਟ ਹੋ ਗਿਆ ਤੂੰ ਸਪਨਾ। ਉਧਰ ਕੰਮ ਜਿਹਾ ਜ਼ਿਆਦਾ ਸੀ ਭੈਣੇ, ਉੱਥੇ ਟਾਈਮ ਲੱਗਾ। ਹੋਰ ਠੀਕ ਆ ਸਭ ਘਰ? ਹਾਂ ਹਾਂ ਠੀਕ ਆ ਵੀਰੇ, ਸਾਰੇ ਠੀਕ ਨੇ। ਪਤਾ ਨਾ ਵੀਰੇ ਤੂੰ ਬੈਗ ਤਾਂ ਲਾ ਦਿੰਦਾ, ਕੰਮ ਦਾ ਪਾਈ ਬੈਠਾ ਬੈਗ ਮਜਕਰੀ। ਹਾਂ ਭੈਣੇ ਆ ਤੇਰੇ ਵਾਲੇ ਬੈਗ ਵੀ ਮੈਂ ਅੰਦਰ ਹੀ ਰੱਖ ਦਿੰਦਾ, ਤੂੰ ਇੱਥੇ ਕਿਉਂ ਰੱਖਿਆ ਇਹ? ਨਹੀਂ ਇਹ ਨਾ ਚੱਕੀਆਂ ਤਾਂ ਮੈਂ ਬਸ ਰੱਖ ਰਹੀ ਸੀ, ਇਹ ਨਹੀਂ ਲੈ ਕੇ ਜਾਣੇ ਹੈਗੇ। ਨਹੀਂ ਤੂੰ ਲਾਈ ਦੋ ਦਿਨ ਭੈਣੇ, ਰੱਖ ਦੇ ਬੈਗ ਅੰਦਰ। ਨਾ ਨਾ ਹੁਣ ਨਹੀਂ, ਮੈਂ ਪਹਿਲਾਂ ਤਾਂ ਜੀ ਕਰਦਾ ਸੀ ਵੀਰੇ ਪਰ ਮੇਰਾ ਮਨ ਔਖਾ ਹੋ ਗਿਆ ਵੀਰੇ। ਪਤਾ ਨਹੀਂ ਇਹ ਜਿਹਾ ਕੀ ਬੈਗਾਂ ਚ ਪਾ ਕੇ ਲਿਆਈਆਂ ਭੈਣੇ, ਜਿਹੜਾ ਹੱਥ ਵੀ ਨਹੀਂ ਲਾਉਣ ਦਿੰਦੀ। ਬਹਿ ਜਾ ਕਰ ਬਹਿ ਜਾ ਕਰ, ਹਰ ਵੇਲੇ ਮੇਰੀ ਭੈਣ ਦੇ ਨਾਮ ਬਾਤ ਪੈ ਜਾ ਕਰ। ਕੀ ਇਹਦੇ ਬੈਗਾਂ ਚ? ਲੈ ਆਪਣੇ ਦਿਖਾ ਦੇ ਇਹਨੂੰ। ਕੁਛ ਨਹੀਂ ਹੈਗਾ ਵੀਰੇ, ਦੇਖ ਲੈ ਦੇਖ ਲੈ, ਕੱਪੜਾ ਲੀੜਾ ਮੇਰਾ ਲੈ ਦੇਖ ਲੈ। ਆ ਦੇਖ ਕੱਪੜੇ ਨੇ ਕੀ ਆ ਚ? ਇਹਦੇ ਚ ਵੀ ਦੇਖ ਲੈ, ਇਹ ਚ ਵੀ ਕੱਪੜੇ ਲੀੜੇ ਆ। ਤੇ ਹੋਰ ਕੀ ਲੈ ਕੇ ਆਊਗੀ, ਦੋ ਸੂਟ ਹੀ ਆ, ਉਹ ਪਾ ਲਈ ਪਾਈ ਜਾਇਆ ਕਰੂ ਬਦਲ ਬਦਲ। ਆਪਣੇ ਪੈਸੇ ਇਹ ਪੈਸੇ ਤਾਂ ਵੀਰੇ ਤੇਰੇ ਭਾਣਜਿਆਂ ਨੇ ਭੇਜੇ ਸੀ ਮੈਨੂੰ। ਵੀਰਾ ਮੇਰੇ ਨਾਲ ਗੱਲ ਕਰਦਾ ਸੀ ਅਵਤਾਰ, ਜਦੋਂ ਤੇਰਾ ਭਣੋਈਆ ਮੁੱਕਿਆ ਗਾ ਉਦੋਂ ਮੈਂ ਬੇਵੱਸ ਸੀ, ਤੁਹਾਡੀ ਗੱਲ ਸੁਣ ਨਾ ਚੁੱਕੀ। ਤੇਰੇ ਭਾਣਜੇ ਨੇ ਭੇਜੇ ਸੀ ਘਰ ਪਾਉਣ ਵਾਸਤੇ, ਮੈਂ ਆਖਿਆ ਘਰ ਤਾਂ ਬਾਅਦ ਚ ਪਾ ਲਾਂਗੇ, ਵੀ ਮੇਰੇ ਪੇਕਿਆਂ ਨੂੰ ਵੱਧ ਲੋੜ ਹੈਗੀ। ਵੀਰੇ ਜਿਹੜੀ ਤੂੰ ਜ਼ਮੀਨ ਕਹਿੰਦਾ ਸੀ ਵੀ ਆਪਣੇ ਨਾਲ ਦੀ ਜ਼ਮੀਨ ਮਿਲਦੀ ਹੈਗੀ, ਸੌਦਾ ਹੁੰਦਾ ਗਾ ਵੀ ਚੱਲ ਤੁਸੀਂ ਉਹ ਜ਼ਮੀਨ ਲੈ ਲਓਗੇ, ਉਹ ਆਪਣੇ ਹੱਥੋਂ ਨੀ ਖੁੰਝੂਗੀ। ਘਰ ਦਾ ਕੀ ਆ, ਮੈਂ ਕਿਹੜਾ ਉੱਥੇ ਰਹਿੰਦੀ ਹਾਂ, ਜਵਾਕ ਨੇ ਉਹ ਬਾਹਰ ਗਏ ਹੋਏ ਨੇਗੇ, ਹੈਂ ਤਾਂ ਕਰਕੇ ਲੈ ਕੇ ਸੀ ਪੈਸੇ ਤਾਂ ਵੀਰੇ। ਮੈਂ ਦੇਖਿਆ ਤੂੰ ਭੈਣ ਨੂੰ ਐਂ ਕਹਿੰਦੀ ਰਹਿੰਦੀ ਆ, ਮੇਰੀ ਭੈਣ ਆਪਦੇ ਘਰ ਬਾਰੇ ਕਿੰਨਾ ਸੋਚਦੀ ਆ, ਆਪਦੇ ਭਰਾਵਾਂ ਬਾਰੇ ਦੇਖ ਲੈ, ਇੰਨੀ ਤੰਗੀ ਤੁਰਸੀ ਕੱਟ ਕੇ ਵੀ ਆਪਣੇ ਵਾਸਤੇ ਪੈਸੇ ਲੈ ਕੇ ਆਈ ਆ ਵੀ ਮੇਰੇ ਭਰਾ ਦਾ ਜ਼ਮੀਨ ਦਾ ਸੌਦਾ ਹੋ ਜੇ ਪੂਰਾ। ਮੇਰੀ ਭਰਾ ਭੈਣ ਨੇ ਇੰਨਾ ਚੰਗਾ ਸੋਚਿਆ ਆਪਣੇ ਬਾਰੇ, ਤੂੰ ਇਹਨੂੰ ਕਿੰਨਾ ਮਾੜਾ ਸੋਚਦੀ ਆ ਇਹਦੇ ਬਾਰੇ। ਚੱਲ ਕੋਈ ਨਾ ਵੀਰੇ, ਭਾਬੀ ਦਾ ਤਾਂ ਕੀ ਕਸੂਰ ਹੈਗਾ ਹਨਾ, ਜਦੋਂ ਹਾਲਾਤ ਇਹੋ ਜਿਹੇ ਹੋ ਜਾਂਦੇ ਨੇ ਫਿਰ ਸਾਰੇ ਪਾਸੇ ਦੇਖਣਾ ਪੈਂਦਾ ਹੁੰਦਾ ਗਾ। ਮੈਨੂੰ ਕੋਈ ਭਾਬੀ ਦੀਆਂ ਗੱਲਾਂ ਦਾ ਗੁੱਸਾ ਨਹੀਂ ਲੱਗਦਾ ਹੈਗਾ, ਵੀ ਜੇ ਕੁਛ ਮੈਨੂੰ ਕਹਿੰਦੀ ਵੀ ਹੈ। ਤੈਨੂੰ ਨਹੀਂ ਲੱਗਦਾ ਬਾਈ? ਸਾਨੂੰ ਤਾਂ ਲੱਗਦਾ ਗੁੱਸਾ ਜਦੋਂ ਇਹ ਹਰ ਸਮੇਂ ਇਹੋ ਜਿਹੀਆਂ ਗੱਲਾਂ ਕਰਦੀ ਆ ਗੁੱਸੇ ਹੋਣ ਵਾਲੀਆਂ। ਮੈਂ ਕਿਹਾ ਸੀ ਨਾ ਭੈਣ ਤਾਂ ਸਾਡੀ ਵੀ ਰਹੂ, ਸਾਡੇ ਲਈ ਕਿੰਨਾ ਸੋਚਦੀ ਆ ਭੈਣੇ। ਜਦੋਂ ਤੂੰ ਸਾਡੇ ਲਈ ਇੰਨਾ ਸੋਚਦੀ ਆ, ਜੇ ਜ਼ਮੀਨ ਸਾਡੀ ਦੋਨਾਂ ਭਰਾਵਾਂ ਦੀ ਬਣੂ ਇਹਦੀ ਵੀ ਬਣੂ, ਇਹ ਤੈਨੂੰ ਸਿੱਧੇ ਮੂੰਹ ਤਾਂ ਬੋਲਦੀ ਨੀ, ਪੁਆ ਫੜ ਰੁਪਈਏ
ओहो वीरे फिर की गल आ गई, चल कोई ना फिर भी भाभी आ वड्डी आ मैथों, फिर की गल आ गई है जी। देख ला साडी भैन किन्ना सोचदी साडे बारे। ਲੈ ਭਾਬੀ ਦੇਖ ਲੈ ਮੇਰੀ ਭੈਣ ਦਾ ਜਿਗਰਾ, ਲੈ ਫੜ ਹੱਥ ਕਰ। ਨਹੀਂ ਭੈਣੇ ਮੈਂ ਨਾ ਪੈਸਿਆਂ ਦੇ ਲਾਇਕ ਨਹੀਂ, ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ। ਓਹੋ ਲੈ ਗਲਤੀ ਨੂੰ ਫੇਰ ਕੀ ਹੋ ਗਿਆ, ਤੈਨੂੰ ਅਕਲ ਤਾਂ ਆਈ ਕੁਛ ਟਾਈਮ ਬਾਅਦ ਹੀ, ਚੱਲ ਸਹੀ। ਕਹਿੰਦੇ ਹੁੰਦੇ ਨੇ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰੇ ਆ ਜੇ, ਉਹਨੂੰ ਭੁੱਲਿਆ ਨੀ ਕਹਿੰਦੇ। ਲੈ ਫੜ ਪੈਸੇ, ਮਨ ਔਖਾ ਕਰ ਲੈ। ਮੈਨੂੰ ਪੈਸਿਆਂ ਦੀ ਲੋੜ ਨਹੀਂ, ਪਹਿਲਾਂ ਤੂੰ ਮੈਨੂੰ ਮਾਫ ਕਰ ਦੇ। ਜਿੰਨਾ ਚਿਰ ਮਰਜ਼ੀ ਰਹਿ ਇੱਥੇ ਰਹਿ, ਜਿੰਨਾ ਚਿਰ ਤੇਰੇ ਮੁੰਡੇ ਨੀ ਬਾਹਰੋਂ ਆਉਂਦੇ ਮੈਂ ਤੈਨੂੰ ਕਦੇ ਉੱਚਾ ਨੀ ਬੋਲੂਗੀ। ਬਸ ਚੁੱਪ ਕਰ ਜਾ ਭਾਬੀ, ਮੈਂ ਤਾਂ ਤੈਨੂੰ ਕਦੇ ਐ ਕਿਹਾ ਹੀ ਨਹੀਂ ਹੈਗਾ ਵੀ ਮੇਰੀ ਭਰਜਾਈ ਮੈਨੂੰ ਗਲਤ ਬੋਲਦੇ ਜਾਂ ਪੁੱਠਾ ਬੋਲਦੇ ਜਾਂ ਸਿੱਧਾ ਬੋਲਦੀ ਆ, ਹਨਾ। ਮੈਂ ਤੈਨੂੰ ਮਾਫ ਕੀਤਾ, ਲੈ ਫੜ ਪੈਸੇ। ਤੂੰ ਸਾਡੇ ਲਈ ਕੀ ਸੋਚ ਕੇ ਆਈ ਤੇ ਮੈਂ ਤੇਰੇ ਬਾਰੇ ਕਿੰਨਾ ਗਲਤ ਸੋਚਿਆ। ਬਸ ਚੁੱਪ ਕਰ, ਖੜੀ ਹੋ ਇੱਥੇ ਬੈਠ ਮੇਰੇ ਕੋਲ, ਉੱਠ ਖੜੀ ਹੋ ਇੱਥੇ ਬੈਠ ਮੇਰੇ ਕੋਲ। ਮੈਂ ਤੈਨੂੰ ਮਾਫ ਕੀਤਾ, ਠੀਕ ਆ, ਪੈਸੇ ਨੇ ਸਾਮ ਇਹਨਾਂ ਨੂੰ ਪੈਸਿਆਂ। ਮੈਨੂੰ ਤੁਸੀਂ ਵੀ ਮਾਫ ਕਰ ਦਿਓ ਦੋਨੇ, ਮੈਂ ਤਾਂ ਤੁਹਾਡੀ ਭੈਣ ਨੂੰ ਬਹੁਤ ਕੁਛ ਬੋਲਿਆ ਗਿਆ ਬਿਨਾਂ ਸੋਚੇ ਸਮਝੇ। ਬਸ ਜਦੋਂ ਸਾਡੀ ਭੈਣ ਨੇ ਮਾਫ ਕਰਤਾ ਤਾਂ ਸਾਡੇ ਵੱਲੋਂ ਵੀ ਮਾਫ ਆ। ਅੱਜ ਤੋਂ ਬਾਅਦ ਤੁਹਾਨੂੰ ਮੈਂ ਕੋਈ ਸ਼ਿਕਾਇਤ ਨਹੀਂ ਆਉਣ ਦਿੰਦੀ ਤੁਹਾਡੀ ਭੈਣ ਬਾਰੇ, ਮੈਨੂੰ ਆਪਦੀ ਭੈਣ ਸਮਝ ਕੇ ਪੂਰਾ ਖਿਆਲ ਰੱਖੂ ਇਹਦਾ, ਜਿੰਨਾ ਚਿਰ ਮਰਜ਼ੀ ਰਹੇ ਇਹ ਇੱਥੇ, ਇਹ ਵੀ ਇਹਦਾ ਘਰ ਹੈ। ਚੱਲ ਕੋਈ ਨਾ ਵੀਰੇ, ਮੇਰੇ ਕਹਿਣ ਤੇ ਇੱਕ ਵਾਰ ਤੁਸੀਂ ਵੀ ਮਾਫ ਕਰ ਦਿਓ ਬਾਕੀ ਨੂੰ। ਤੇਰੇ ਕਹਿਣ ਤੇ ਭੈਣੇ ਮਾਫ ਕਰ ਰਹੇ ਆ, ਤੂੰ ਤਾਂ ਮਾਫ ਕਰਨ ਦੇ ਯੋਗ ਨਹੀਂ। ਜਦੋਂ ਵੀ ਤੂੰ ਆਉਣੀ ਆ ਇਹ ਤੇਰੇ ਨਾਲ ਕੋਈ ਨਾ ਕੋਈ ਆਡਾ ਵਿੜਦੀ ਰਹਿੰਦੀ ਆ, ਸਾਨੂੰ ਬੜਾ ਦੁੱਖ ਹੁੰਦਾ ਇਸ ਗੱਲ ਦਾ ਵੀ ਭੈਣ ਤਾਂ ਸਾਡੀ ਆ। ਚੱਲ ਕੋਈ ਨਾ ਵੀਰੇ, ਤੈਨੂੰ ਭਾਬੀ ਨੂੰ ਜਿਹੋ ਜਿਹੀ ਹਨਾ ਅਕਲ ਸੀ, ਭਾਬੀ ਨੇ ਆਪਦੇ ਮਨ ਦੀ ਕਰ ਲਈ, ਹੁਣ ਇਹ ਦੋਵਾਂ ਦੇ ਨੂੰ ਸਮਝਾ ਤਾ ਭਾਈ ਹਨਾ, ਹੁਣ ਭਾਬੀ ਨੂੰ ਮੈਂ ਆਖਰੀ ਮੌਕਾ ਦਿੱਤਾ ਹਨਾ, ਇਹ ਦੋਵਾਂ ਦੇ ਇਹ ਜਾਣੇ ਦਾ ਰੱਬ ਜਾਣੇ। ਚਲੋ ਠੀਕ ਆ, ਛੱਡੋ ਭੈਣ ਇਹ ਗੱਲਾਂ, ਆ ਚੱਕ ਬੈਗ ਭੈਣ ਦੇ ਅੰਦਰ ਰੱਖ, ਨਾਲੇ ਰੋਟੀ ਕਰ ਤਿਆਰ ਭੈਣ ਵਾਸਤੇ। ਇਹਨਾਂ ਨੂੰ ਅੰਦਰ ਹੀ ਲੈ ਜਾ, ਲੈ ਫੜ ਉੱਥੇ ਸਾਮ ਦੀ। ਤੁਸੀਂ ਬੈਠੋ, ਮੈਂ ਰੋਟੀ ਬਣਾਉਂਦੀ। ਮੈਂ ਬਾਈ ਸੱਚ ਬੋਲਦਾ ਹੁੰਦਾ, ਇਸੇ ਕਰਕੇ ਮੈਂ ਬਾਹਲਿਆਂ ਨੂੰ ਬੁਰਾ ਲੱਗਦਾ, ਕਈ ਮੇਰੇ ਸਾਲੇ ਉਹ ਵੀ ਮੱਚੀ ਜਾਂਦਾ ਮੇਰੇ ਤੇ ਵੀ ਇਹ ਸੱਚ ਕਿਉਂ ਬੋਲਦਾ। ਚੱਲ ਛੱਡ ਸਤਨਾਮ, ਜਦੋਂ ਹੁਣ ਉਹਨੇ ਮਾਫ਼ੀ ਵੀ ਮੰਗ ਲਈ, ਠੀਕ ਆ, ਬਸ ਬਾਹਲਾ ਨਾ ਗੁੱਸਾ ਕਰ ਤੂੰ। ਮੈਂ ਐਵੇਂ ਨੀ ਕਿਸੇ ਨੂੰ ਰੁੱਖਾ ਬੋਲਦਾ, ਜਦੋਂ ਮੈਂ ਰੁੱਖਾ ਬੋਲਦਾ ਤਾਂ ਮੇਰਾ ਦਿਲ ਦੁਖੀ ਹੁੰਦਾ, ਮੈਂ ਤਾਂ ਬੋਲਦਾ। ਕਹਿੰਦੇ ਹੁੰਦੇ ਨਾ ਦੇਰ ਆਏ ਦਰੁਸਤ ਆਏ, ਚੱਲ ਉਹਨੂੰ ਸਮਾਂ ਪਾ ਕੇ ਸਮਝ ਆ ਗਈ, ਹੁਣ ਸਮਝ ਗਈ ਉਹ, ਉਹਨੂੰ ਆਪਦੀ ਗਲਤੀ ਮਹਿਸੂਸ ਹੋਈ। ਚੱਲ ਬਾਈ ਤੇਰੇ ਕਰਕੇ ਆਪਾਂ ਮਾਫ਼ ਕਰ ਦਿੰਦੇ ਹਾਂ, ਪਰ ਅੱਗੇ ਵਾਸਤੇ ਉਹਨੂੰ ਸਮਝਾ ਲਾ ਵੀ ਕਦੇ ਵਾਸਤੇ ਕੋਈ ਚੀਨੀ ਵੀ ਗੱਲ ਨਾ ਕਰੇ, ਫਿਰ ਕਹੂੰ ਰੁੱਖਾ ਬੋਲਦਾ, ਸੱਚ ਬੋਲਣਾ ਰੁੱਖਾ ਹੀ ਹੁੰਦਾ। ਚੱਲ ਛੱਡ ਸਤਨਾਮ, ਹੁਣ ਉਹਨੂੰ ਬਹੁਤ ਪਛਤਾਵਾ ਹੋ ਗਿਆ ਉਹਦੀ ਗਲਤੀ ਦਾ, ਦੇਖਿਆ ਕਿਵੇਂ ਰੋਂਦੀ ਸੀਗੀ। ਚੱਲ ਕੋਈ ਨਾ ਵੀਰੇ ਸਤਨਾਮ, ਹੁਣ ਤੂੰ ਗੁੱਸਾ ਛੱਡ ਦੇ ਹਨਾ। ਕਹਿੰਦੇ ਹੁੰਦੇ ਨੇ ਜੇ ਉਹਨੇ ਸੁਧਰਨਾ ਹੋਊਗਾ ਸੁਧਰ ਜੂਗੀ, ਨਹੀਂ ਆਖਰੀ ਵਾਰ ਸਮਝਾਇਆ ਆਪਾਂ ਨੂੰ, ਉਹਦੀ ਗਲਤੀ ਦਾ ਅਹਿਸਾਸ ਦਿਵਾਉਣਾ ਸੀ, ਦਿਵਾਤਾ ਆਪਾਂ। ਮੇਰਾ ਕਹਦਾ ਭਾਬੀ ਨਾਲ ਗੁੱਸਾ ਭਣੇ, ਮੈਂ ਤੇਰੇ ਕਰਕੇ ਗੁੱਸੇ ਹੁੰਦਾ ਉਹਦੇ ਨਾਲ, ਜੇ ਉਹ ਤੈਨੂੰ ਪਿਆਰ ਕਰੇ ਤਾਂ ਸਾਰੇ ਪਰਿਵਾਰ ਚ ਪਿਆਰ ਨਾ ਰਹੇ। ਸਹੀ ਗੱਲ ਆ ਵੀਰੇ ਤੇਰੀ, ਚੱਲ ਕੋਈ ਨਾ ਹੁਣ ਛੱਡ ਦੇ ਗੁੱਸੇ ਨੂੰ ਪਰੇ। ਹਾਂ ਚੱਲ ਸਤਨਾਮ, ਹੁਣ ਉਹਨੂੰ ਬਹੁਤ ਫੀਲ ਹੋਇਆ ਇਹ ਗੱਲ, ਦੇਖਿਆ ਕਿਵੇਂ ਰੋਂਦੀ ਸੀ ਹੁਣ। ਠੀਕ ਆ ਬਾਈ ਕੋਈ ਗੱਲ ਨੀ, ਜਿਵੇਂ ਤੂੰ ਕਹਿੰਦਾ ਮੈਂ ਉਵੇਂ ਮੰਨ ਲੈਣਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਸਾਡੀ ਹਰ ਇੱਕ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਸਾਡੀ ਟੀਮ ਦਾ ਹੌਸਲਾ ਬਣਿਆ ਰਹੇ। ਸਾਡੀ ਟੀਮ ਵੱਲੋਂ ਹਰ ਇੱਕ ਵੀਡੀਓ ਦੇ ਵਿੱਚ ਮੈਸੇਜ ਦਿੱਤਾ ਜਾਂਦਾ, ਇਸ ਵੀਡੀਓ ਦੇ ਵਿੱਚ ਵੀ ਅਸੀਂ ਇੱਕ ਛੋਟਾ ਜਿਹਾ ਮੈਸੇਜ ਦਿੱਤਾ ਗਿਆ। ਮੈਸੇਜ ਇਹ ਹੈ ਜੀ, ਜਿਵੇਂ ਕਿ ਭੈਣ ਭਰਾਵਾਂ ਦੇ ਵਿੱਚ ਕਈ ਵਾਰ ਲੜਾਈਆਂ ਪੈਦਾ ਹੋ ਜਾਂਦੀਆਂ ਨੇ ਜਾਂ ਭਰਜਾਈਆਂ ਕਾਰਨ ਕਿਵੇਂ ਵੀ ਨੰਦ ਭਰਜਾਈ ਦੀ ਲੜਾਈ ਹੋ ਜਾਂਦੀ ਆ, ਉਹਦੇ ਕਾਰਨ ਭਰਾਵਾਂ ਨਾਲੋਂ ਭੈਣ ਟੁੱਟ ਜਾਂਦੀ ਆ। ਇਸੇ ਕਰਕੇ ਅਸੀਂ ਸਾਰਿਆਂ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਸਾਰੇ ਪਿਆਰ ਬਣਾ ਕੇ ਰੱਖੋ, ਇੱਕ ਚੰਗੀ ਤਰ੍ਹਾਂ ਚੰਗੇ ਰਿਸ਼ਤਿਆਂ ਦੀ ਅਹਿਮੀਅਤ ਸਮਝ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਨਿਭਾਓ। ਇਹੀ ਸਾਡੀ ਇਸ ਵੀਡੀਓ ਦਾ ਮਕਸਦ ਸੀ, ਉਮੀਦ ਕਰਦੇ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ। ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸਾਡੇ ਚੈਨਲ ਦਾ ਨਾਮ ਹੈ ਮਾਸਟਰ ਖੁੱਡੀ।